ਥੋੜੇ ਚਿਰ ਪਹਿਲਾਂ ਇਸੇ ਥਾਂ ਤੇ ਬੜੀ ਖੁਸ਼ੀ ਦਾ ਮਾਹੌਲ ਸੀ, ਗਾਣੇ ਚੱਲ ਰਹੇ ਸੀ, ਲੋਕ ਨੱਚ ਰਹੇ ਸੀ, ਇੱਕ ਦੂਜੇ ਦਾ ਹੱਥ ਫੜ ਫੜ ਕੇ ਭੰਗੜਾ ਪੈ ਰਿਹਾ ਸੀ। ਪਰ ਦੇਖਦੇ ਹੀ ਦੇਖਦੇ ਇਹ ਸਾਰੀ ਖੁਸ਼ੀਆਂ ਗਮ ਦੇ ਵਿੱਚ ਤਬਦੀਲ ਹੋ ਗਈਆਂ, ਕਿਉਂਕਿ ਕੁੜੀ ਵਾਲੇ ਅਤੇ ਮੁੰਡੇ ਵਾਲਿਆਂ ਦੇ ਵਿੱਚ ਤਕਰਾਰ ਹੋ ਗਿਆ। ਦੱਸ ਦਈਏ ਕਿ ਲਾੜਾ ਲਾੜੀ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਆਪਸ ਦੇ ਵਿੱਚ ਲੜ ਗਏ। ਜੇ ਤੁਹਾਨੂੰ ਵਜ੍ਹਾ ਦੱਸਾਂਗੇ ਕਿ ਲੜਾਈ ਦੀ ਕੀ ਹੈ ਤਾਂ ਤੁਸੀਂ ਆਪ ਹੈਰਾਨ ਹੋ ਜਾਓਗੇ। ਡੀਜੇ ਤੇ ਕੁੜੀ ਵਾਲੇ ਅਤੇ ਮੁੰਡੇ ਵਾਲੇ ਦੋਨੋਂ ਨੱਚ ਰਹੇ ਸੀ ਤਾਂ ਇਸੇ ਦੌਰਾਨ ਇੱਕ ਗਾਣੇ ਚੇਂਜ ਕਰਨ ਨੂੰ ਲੈ ਕੇ ਥੋੜ੍ਹੀ ਜਿਹੀ ਕਾਹਾ ਸੁਣੀ ਹੋ ਗਈ। ਬਸ ਫਿਰ ਕੀ ਸੀ, ਦੋਨੇ ਨੌਜਵਾਨ ਜਿਹੜੇ ਨੇ ਉਹ ਲੜਦੇ ਨੇ, ਫਿਰ ਤਾਂ ਸਾਰੇ ਹੀ ਇੱਕ ਦੂਜੇ ਨੂੰ ਕੁੱਟਣ ਲੱਗ ਜਾਂਦੇ ਨੇ। ਦੇਖ ਹੀ ਸਕਦੇ ਹੋ ਕਿ ਕਿਵੇਂ ਗਾਹ ਪੈ ਜਾਂਦਾ ਹੈ ਚੱਲਦੇ ਵਿਆਹ ਦੇ ਵਿੱਚ। ਡੀਜੇ ਚਲਾਉਣ ਨੂੰ ਲੈ ਕੇ ਭਿੜੇ ਨੇ ਕੁੜੀ ਵਾਲੇ ਅਤੇ ਮੁੰਡੇ ਵਾਲਿਆਂ ਦੇ ਰਿਸ਼ਤੇਦਾਰ। ਜਿਹੜਾ ਵਿਆਹ ਚੱਲ ਰਿਹਾ ਸੀ ਸਾਰਾ ਖਰਾਬ ਹੋ ਗਿਆ। ਤਸਵੀਰਾਂ ਮੋਹਾਲੀ ਫੇਸ ਇੱਕ ਕਮਿਊਨਿਟੀ ਸੈਂਟਰ ਦੀਆਂ ਨੇ, ਜਿੱਥੇ ਵਿਆਹ ਸਮਾਰੋਹ ਦੇ ਦੌਰਾਨ ਲੱਤਾਂ ਮੁੱਕੇ ਕੁਰਸੀਆਂ ਚੱਲ ਪਈਆਂ। ਦੇਖ ਸਕਦੇ ਹੋ ਇੱਕ ਨੌਜਵਾਨ ਇਹ ਕੁਰਸੀ ਚੱਕ ਕੇ ਲਿਆਉਂਦਾ ਹੈ ਜਿਵੇਂ ਕਿਸੇ ਦਾ ਸਿਰ ਹੀ ਪਾੜ ਦੇਵੇਗਾ, ਪਰ ਉਸ ਨੂੰ ਮੌਕੇ 'ਤੇ ਰੋਕ ਲਿਆ ਜਾਂਦਾ ਹੈ। ਦੇਖ ਸਕਦੇ ਹੋ ਕਿ ਔਰਤਾਂ ਦੇ ਵੱਲੋਂ ਵਿੱਚ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਨੌਜਵਾਨ ਨਹੀਂ ਮੰਨ ਰਹੇ। ਰੰਗ ਦੇ ਵਿੱਚ ਭੰਗ ਇਹਨਾਂ ਦੇ ਵੱਲੋਂ ਪਾਈ ਗਈ ਹੈ। ਤਾਂ ਦੱਸ ਦਈਏ ਕਿ ਸੈਕਟਰ 25 ਤੋਂ ਬਰਾਤ ਆਈ ਸੀ ਅਤੇ ਸੈਕਟਰ 56 ਦੇ ਰਹਿਣ ਵਾਲੀ ਸੀ ਲੜਕੀ। ਤਾਂ ਮੋਹਾਲੀ ਫੇਸ 1 ਦੇ ਵਿੱਚ ਵਿਆਹ ਚੱਲ ਰਿਹਾ ਸੀ ਅਤੇ ਇਸ ਵਿਆਹ ਦੌਰਾਨ ਦੇਖੋ ਕਿਵੇਂ ਆਪਸ ਦੇ ਵਿੱਚ ਲੜ ਪਏ ਕੁੜੀ ਮੁੰਡੇ ਵਾਲੇ। ਜਿਹੜੀ ਵੀਡੀਓ ਹੈ ਉਹ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਕਿਉਂਕਿ ਪਰਿਵਾਰਕ ਮਾਮਲਾ ਸੀ, ਪਰ ਜੇ ਵੀਡੀਓ ਦੀ ਗੱਲ ਕਰੀਏ ਤਾਂ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤਾਂ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਤੁਸੀਂ ਦੇਖੋ ਕਿਵੇਂ ਰੰਗ 'ਚ ਭੰਗ ਪੈ ਗਿਆ। ਵਿਆਹ ਸਮਾਗਮ ਹੈ ਜਿਹੜਾ, ਮੈਰਿਜ ਪਲੇਸ ਜੰਗ ਦਾ ਮੈਦਾਨ ਬਣ ਗਿਆ। ਤਾਂ ਦੇਖੋ ਇਹ ਤਸਵੀਰਾਂ ਜੋ ਮੋਹਾਲੀ ਤੋਂ ਸਾਹਮਣੇ ਆ ਰਹੀਆਂ ਨੇ। ਥੋੜ੍ਹੇ ਚਿਰ ਪਹਿਲਾਂ ਇਸੇ ਥਾਂ 'ਤੇ ਬੜੀ ਖੁਸ਼ੀ ਦਾ ਮਾਹੌਲ ਸੀ, ਗਾਣੇ ਚੱਲ ਰਹੇ ਸੀ, ਲੋਕ ਨੱਚ ਰਹੇ ਸੀ, ਇੱਕ ਦੂਜੇ ਦਾ ਹੱਥ ਫੜ ਫੜ ਕੇ ਭੰਗੜਾ ਪੈ ਰਿਹਾ ਸੀ। ਪਰ ਦੇਖਦੇ ਹੀ ਦੇਖਦੇ ਇਹ ਸਾਰੀ ਖੁਸ਼ੀਆਂ ਗਮ ਦੇ ਵਿੱਚ ਤਬਦੀਲ ਹੋ ਗਈਆਂ, ਕਿਉਂਕਿ ਕੁੜੀ ਵਾਲੇ ਅਤੇ ਮੁੰਡੇ ਵਾਲਿਆਂ ਦੇ ਵਿੱਚ ਤਕਰਾਰ ਹੋ ਗਿਆ। ਦੱਸ ਦਈਏ ਕਿ ਲਾੜਾ ਲਾੜੀ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਆਪਸ ਦੇ ਵਿੱਚ ਲੜ ਗਏ। ਜੇ ਤੁਹਾਨੂੰ ਵਜ੍ਹਾ ਦੱਸਾਂਗੇ ਕਿ ਲੜਾਈ ਦੀ ਕੀ ਹੈ ਤਾਂ ਤੁਸੀਂ ਆਪ ਹੈਰਾਨ ਹੋ ਜਾਓਗੇ। ਡੀਜੇ ਤੇ ਕੁੜੀ ਵਾਲੇ ਅਤੇ ਮੁੰਡੇ ਵਾਲੇ ਦੋਨੋਂ ਨੱਚ ਰਹੇ ਸੀ ਤਾਂ ਇਸੇ ਦੌਰਾਨ ਇੱਕ ਗਾਣੇ ਚੇਂਜ ਕਰਨ ਨੂੰ ਲੈ ਕੇ ਥੋੜ੍ਹੀ ਜਿਹੀ ਕਾਹਾ ਸੁਣੀ ਹੋ ਗਈ। ਬਸ ਫਿਰ ਕੀ ਸੀ, ਦੋਨੇ ਨੌਜਵਾਨ ਜਿਹੜੇ ਨੇ ਉਹ ਲੜਦੇ ਨੇ, ਫਿਰ ਤਾਂ ਸਾਰੇ ਹੀ ਇੱਕ ਦੂਜੇ ਨੂੰ ਕੁੱਟਣ ਲੱਗ ਜਾਂਦੇ ਨੇ। ਦੇਖ ਹੀ ਸਕਦੇ ਹੋ ਕਿ ਕਿਵੇਂ ਗਾਹ ਪੈ ਜਾਂਦਾ ਹੈ ਚੱਲਦੇ ਵਿਆਹ ਦੇ ਵਿੱਚ। ਡੀਜੇ ਚਲਾਉਣ ਨੂੰ ਲੈ ਕੇ ਭਿੜੇ ਨੇ ਕੁੜੀ ਵਾਲੇ ਅਤੇ ਮੁੰਡੇ ਵਾਲਿਆਂ ਦੇ ਰਿਸ਼ਤੇਦਾਰ। ਜਿਹੜਾ ਵਿਆਹ ਚੱਲ ਰਿਹਾ ਸੀ ਸਾਰਾ ਖਰਾਬ ਹੋ ਗਿਆ। ਤਸਵੀਰਾਂ ਮੋਹਾਲੀ ਫੇਸ ਇੱਕ ਕਮਿਊਨਿਟੀ ਸੈਂਟਰ ਦੀਆਂ ਨੇ, ਜਿੱਥੇ ਵਿਆਹ ਸਮਾਰੋਹ ਦੇ ਦੌਰਾਨ ਲੱਤਾਂ ਮੁੱਕੇ ਕੁਰਸੀਆਂ ਚੱਲ ਪਈਆਂ। ਦੇਖ ਸਕਦੇ ਹੋ ਇੱਕ ਨੌਜਵਾਨ ਇਹ ਕੁਰਸੀ ਚੱਕ ਕੇ ਲਿਆਉਂਦਾ ਹੈ ਜਿਵੇਂ ਕਿਸੇ ਦਾ ਸਿਰ ਹੀ ਪਾੜ ਦੇਵੇਗਾ, ਪਰ ਉਸ ਨੂੰ ਮੌਕੇ 'ਤੇ ਰੋਕ ਲਿਆ ਜਾਂਦਾ ਹੈ। ਦੇਖ ਸਕਦੇ ਹੋ ਕਿ ਔਰਤਾਂ ਦੇ ਵੱਲੋਂ ਵਿੱਚ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਨੌਜਵਾਨ ਨਹੀਂ ਮੰਨ ਰਹੇ। ਰੰਗ ਦੇ ਵਿੱਚ ਭੰਗ ਇਹਨਾਂ ਦੇ ਵੱਲੋਂ ਪਾਈ ਗਈ ਹੈ। ਤਾਂ ਦੱਸ ਦਈਏ ਕਿ ਸੈਕਟਰ 25 ਤੋਂ ਬਰਾਤ ਆਈ ਸੀ ਅਤੇ ਸੈਕਟਰ 56 ਦੇ ਰਹਿਣ ਵਾਲੀ ਸੀ ਲੜਕੀ। ਤਾਂ ਮੋਹਾਲੀ ਫੇਸ 1 ਦੇ ਵਿੱਚ ਵਿਆਹ ਚੱਲ ਰਿਹਾ ਸੀ ਅਤੇ ਇਸ ਵਿਆਹ ਦੌਰਾਨ ਦੇਖੋ ਕਿਵੇਂ ਆਪਸ ਦੇ ਵਿੱਚ ਲੜ ਪਏ ਕੁੜੀ ਮੁੰਡੇ ਵਾਲੇ। ਜਿਹੜੀ ਵੀਡੀਓ ਹੈ ਉਹ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਕਿਉਂਕਿ ਪਰਿਵਾਰਕ ਮਾਮਲਾ ਸੀ, ਪਰ ਜੇ ਵੀਡੀਓ ਦੀ ਗੱਲ ਕਰੀਏ ਤਾਂ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤਾਂ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਤੁਸੀਂ ਦੇਖੋ ਕਿਵੇਂ ਰੰਗ 'ਚ ਭੰਗ ਪੈ ਗਿਆ। ਵਿਆਹ ਸਮਾਗਮ ਹੈ ਜਿਹੜਾ, ਮੈਰਿਜ ਪਲੇਸ ਜੰਗ ਦਾ ਮੈਦਾਨ ਬਣ ਗਿਆ। ਤਾਂ ਦੇਖੋ ਇਹ ਤਸਵੀਰਾਂ ਜੋ ਮੋਹਾਲੀ ਤੋਂ ਸਾਹਮਣੇ ਆ ਰਹੀਆਂ ਨੇ।